ਜੇਕਰ ਤਸਵੀਰਾਂ ਦਿਖਾ ਸਕੀਏ, ਤਸਵੀਰਾਂ ਦਿਖਾ ਸਕੀਏ, ਟਰੈਕਟਰ ਅੱਗੇ ਪਹੁੰਚਿਆ ਹੋਇਆ ਬਿਲਕੁਲ ਬੈਰੀਕੇਡ ਦੇ ਨੇੜੇ, ਬੈਰੀਕੇਡ ਨੂੰ ਪੁਸ਼ ਕਰਨ ਦੀ ਇੱਕ ਤਰੀਕੇ ਨਾਲ ਕੋਸ਼ਿਸ਼ ਕੀਤੀ ਜਾ ਰਹੀ ਹੈ, ਔਰ ਜਿਹੜੇ ਨੌਜਵਾਨ ਅੱਗੇ ਅੰਦਰ ਵੜੇ ਨੇ, ਔਰ ਤੁਸੀਂ ਦੇਖੋ ਇਹ ਤਸਵੀਰਾਂ ਇਸ ਸਮੇਂ ਨਜ਼ਰ ਆ ਰਹੀਆਂ ਨੇ, ਬੈਰੀਕੇਡ ਚੁੱਕ ਕੇ ਸੁੱਟਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਔਰ ਹੰਝੂ ਗੈਸ ਦੇ ਗੋਲਿਆਂ ਦਾ ਵੀ ਇਸਤੇਮਾਲ ਕਰ ਦਿੱਤਾ ਗਿਆ, ਹੰਝੂ ਗੈਸ ਦੇ ਗੋਲਿਆਂ ਦਾ ਇਸਤੇਮਾਲ ਕਰ ਦਿੱਤਾ ਗਿਆ, ਹਫੜਾ ਤਫੜੀ ਇੱਕ ਵਾਰੀ ਜ਼ਰੂਰ ਮਚਦੀ ਹੋਈ ਨਜ਼ਰ ਆ ਸਕਦੀ ਹੈ, ਔਰ ਇਸ ਸਮੇਂ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ, ਹੰਝੂ ਗੈਸ ਦੇ ਗੋਲਿਆਂ ਦਾ ਇਸਤੇਮਾਲ ਕਰ ਦਿੱਤਾ ਗਿਆ, ਹੰਝੂ ਗੈਸ ਦੇ ਗੋਲਿਆਂ ਦਾ ਇਸਤੇਮਾਲ ਕਰ ਦਿੱਤਾ ਗਿਆ ਗਗਨ, ਇਹ ਤਸਵੀਰਾਂ ਬਿਲਕੁਲ, ਕਿਉਂਕਿ ਸਥਿਤੀ ਇਸ ਤਰੀਕੇ ਦੀ ਹੋ ਰਹੀ ਸੀ ਕਿ ਅੱਗੇ ਵਧਣਾ ਉਹਨਾਂ ਨੇ ਸ਼ੁਰੂ ਕਰ ਦਿੱਤਾ ਸੀ, ਇਸ ਕਰਕੇ ਹੰਝੂ ਗੈਸ ਦੇ ਗੋਲਿਆਂ ਦਾ ਇਸਤੇਮਾਲ ਕਰ ਦਿੱਤਾ ਗਿਆ, ਔਰ ਤਸਵੀਰਾਂ ਅਸੀਂ ਆਪਣੇ ਦਰਸ਼ਕਾਂ ਤੱਕ ਪਹੁੰਚਾ ਰਹੇ ਹਾਂ, ਬਹੁਤ ਵੱਡੀ ਤਾਦਾਦ ਦੇ ਵਿੱਚ ਜਿਹੜੇ ਹੰਝੂ ਗੈਸ ਦੇ ਗੋਲੇ ਛੱਡੇ ਗਏ ਨੇ, ਔਰ ਮੈਂ ਕੋਸ਼ਿਸ਼ ਕਰਾਂਗਾ ਤਾਂ ਕਿ ਅਸੀਂ ਵੀ ਥੋੜ੍ਹਾ ਜਿਹਾ ਸੇਫ ਵਾਲੇ ਪਾਸੇ ਜ਼ਰੂਰ ਪਹੁੰਚ ਜਾਈਏ, ਉਹਨਾਂ ਤਸਵੀਰਾਂ ਦੇ ਨਾਲ ਨਾਲ ਪੂਰੀ ਜਾਣਕਾਰੀ ਵੀ ਤੁਹਾਡੇ ਤੱਕ ਪਹੁੰਚਾਈਏ, ਔਰ ਤੁਹਾਡੇ ਤੱਕ ਤਸਵੀਰਾਂ ਦੇ ਨਾਲ ਨਾਲ ਇਸ ਸਮੇਂ ਹੰਝੂ ਗੈਸ ਦੇ ਗੋਲਿਆਂ ਦਾ ਇਸਤੇਮਾਲ ਕਰ ਦਿੱਤਾ ਗਿਆ, ਔਰ ਤਸਵੀਰਾਂ ਸਾਡੇ ਦਰਸ਼ਕਾਂ ਤੱਕ ਪਹੁੰਚ ਰਹੀਆਂ ਨੇ, ਲਗਾਤਾਰ ਕਈ ਰਾਊਂਡ, ਬਹੁਤ ਸਾਰੇ ਰਾਊਂਡ ਫਾਇਰ ਕੀਤੇ ਗਏ ਨੇ, ਔਰ ਵਾਰ ਵਾਰ ਅੱਗੇ ਆ ਰਹੇ ਨੇ, ਫਾਇਰ ਕੀਤੇ ਜਾ ਰਹੇ ਨੇ, ਜਿਹੜੇ ਹੰਝੂ ਗੈਸ ਦੇ ਗੋਲਿਆਂ ਦਾ ਇਸਤੇਮਾਲ ਇੱਥੇ ਕੀਤਾ ਗਿਆ ਹੈ, ਔਰ ਇਹ ਤਸਵੀਰਾਂ ਆਪਣੇ ਆਪ ਦੇ ਵਿੱਚ ਸਭ ਕੁਝ ਬਿਆਨ ਕਰ ਰਹੀਆਂ ਨੇ ਕਿ ਕਿਸ ਤਰੀਕੇ ਦੀ ਸਥਿਤੀ ਇੱਥੇ ਬਣਨ ਜਾ ਰਹੀ ਹੈ ਜਾਂ ਕਿਸ ਤਰੀਕੇ ਦੀ ਸਥਿਤੀ ਬਣ ਰਹੀ ਹੈ। ਹੰਝੂ ਗੈਸ ਦੇ ਗੋਲੇ ਛੱਡੇ ਜਾ ਰਹੇ ਨੇ, ਇਹ ਤਸਵੀਰਾਂ ਅਸੀਂ ਆਪਣੇ ਦਰਸ਼ਕਾਂ ਤੱਕ ਦਿਖਾ ਰਹੇ ਹਾਂ, ਇਹ ਤਸਵੀਰਾਂ ਆਪਣੇ ਆਪ ਦੇ ਵਿੱਚ ਕਹਾਣੀ ਨੂੰ ਬਿਆਨ ਕਰ ਰਹੀਆਂ ਨੇ ਕਿ ਕਿਸ ਤਰੀਕੇ ਦੇ ਨਾਲ ਹੰਝੂ ਗੈਸ ਦੇ ਗੋਲਿਆਂ ਦਾ ਇਸਤੇਮਾਲ ਕੀਤਾ ਗਿਆ ਹੈ, ਤਾਂ ਬਹੁਤ ਜ਼ਿਆਦਾ ਇੱਥੇ ਗੈਸ ਇਸ ਸਮੇਂ ਨਜ਼ਰ ਆ ਰਹੀ ਹੈ, ਬਹੁਤ ਸਾਰੇ ਹੰਝੂ ਗੈਸ ਦੇ ਗੋਲੇ ਛੱਡੇ ਗਏ ਨੇ, ਇਹ ਤਸਵੀਰਾਂ ਜੇਕਰ ਮੈਂ ਆਪਣੇ ਦਰਸ਼ਕਾਂ ਨੂੰ ਦਿਖਾ ਸਕਾਂ, ਇੱਥੇ ਬਿਲਕੁਲ ਹਰ ਪਾਸੇ ਬਿਲਕੁਲ ਤੁਸੀਂ ਕਹਿ ਸਕਦੇ ਹੋ ਕਿ ਭੀੜ ਨੂੰ ਬਿਲਕੁਲ ਅਸੀਂ ਇੱਥੋਂ ਨਿਕਲਣ ਦੀ ਕੋਸ਼ਿਸ਼ ਕਰਾਂਗੇ ਕਿ ਅੱਗੇ ਜਾ ਸਕੀਏ। ਤਾਂ ਇਹ ਤਸਵੀਰਾਂ ਜ਼ਰੂਰ ਪਹੁੰਚਾ ਰਹੇ ਹਾਂ ਅਤੇ ਜੇਕਰ ਅੱਗੇ ਜਾ ਸਕੀਏ। ਇੱਥੋਂ ਨਿਕਲਣਾ ਮੁਸ਼ਕਿਲ ਹੋ ਜਾਊਗਾ। ਸਾਣਾ ਮੁਸ਼ਕਿਲ ਹੋ ਜਾਊਗਾ ਇੱਥੇ, ਨਿਕਲਣਾ ਪੈਣਾ ਇੱਥੇ, ਵਾਇਰ ਖੋਲ ਦੇ, ਰੁਕ ਜਾਓ, ਬੈਠ ਜਾ, ਪੰਜ ਮਿੰਟ ਬੈਠ ਜਾ, ਇਹ ਵੱਧਦਾ ਜਾਊਗਾ ਤੁਹਾਨੂੰ।